ਅੱਜ ਕੱਢਦੇ ਹਾਂ ਕੁਕਿੰਗ ਦਾ ਜਲੂਸ। ਗੁਆਂਢੀਆਂ ਦੇ ਚੋਰੀਓਂ ਬਤਾਊ ਤੋੜ ਲਿਆਂਦੇ, ਸਟੋਵ ਚਲਾ ਕੇ ਉਹਨਾਂ ਦੇ ਢੂਹੇ ਨੂੰ ਸੇਕ ਲਵਾ ਕੇ ਤੜਕਾ ਕਿਸ ਤੋਂ ਖੋਹ ਲਿਆ। ਉਹਦੇ 'ਚ ਇੱਕ ਗੱਟਾ ਲੂਣ ਦਾ ਪਾਤਾ, ਇੱਕ ਗੱਟਾ ਬਸਾਰ ਦਾ ਪਾਤਾ, ਦੋ ਗੱਟੇ ਮਿਰਚਾਂ ਦੇ ਅਤੇ ਦੋ ਧਨੀਆਂ ਦੇ ਪਾ ਕੇ ਥੋੜ੍ਹਾ ਜਿਹਾ ਪਾਣੀ ਪਾਤਾ, ਧੂੰਆਂ ਧਾਰ ਕਰਤੀ ਜ਼ਿੰਦਗੀ, ਫਾਇਰ ਬ੍ਰਿਗੇਡ ਮੰਗਾ ਲਓ। ਟਮਾਟਰ ਪਾ ਕੇ ਲਾਲਾਂ ਡਗਿਆਤੀਆਂ ਆਲੋ ਵਾਲ ਦੀਆਂ ਬਾਈਆ, ਸੋ ਛਿੱਲੇ ਹੋਏ ਮੈਂਗਣੀ ਨੂੰ ਕੁੰਡੇ 'ਚ ਬਾ ਘੋਟਾ ਸ਼ੀਸ਼ੇ 'ਚ ਨਾ ਉੱਚਣਾ ਮਾਰੀ ਕੈਮਰੇ 'ਚ, ਯੱਦੇ ਬਣੇ ਕੁਕਿੰਗ ਦੇ। ਸੋ ਚਮਚਾ ਚੱਕ ਕੇ ਇੱਕ ਚਮਚਾ ਦੇਸੀ ਘਿਓ ਦਾ ਪਾ ਕੇ ਹਵਾ ਕਰਾਂਗੇ ਅਤੇ ਦਰਸ਼ਕ ਵੀਰ ਪਹੁੰਚੇ ਹੋਏ ਨੇ, ਮੈਨੂੰ ਪਤਾ ਲਾਲਾਂ ਡਿੱਗ ਰਹੀਆਂ ਨੇ। ਪਿੰਦੂ ਨੇ ਹਰਾ ਧਨੀਆ ਲੈ ਕੇ ਦਿੱਤਾ ਬਾਈ, ਜਿਵੇਂ ਮੌਤ ਲੈਵਲ ਆ, ਚੀਰ ਕੇ ਜਦੋਂ ਪਾਤਾ ਨਾ ਫਿਰ ਮੇਨ ਕੋਰਸ ਪਾਵਾਂਗੇ। ਮਾਰਤੇ 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 ਕਰਸ਼ੀ ਦੁੱਖ ਘਾਰਤੀ, ਓਹੋ ਪੁੱਟਤੇ ਹੋਰੀ ਬਣ ਗਏ ਨੇ, ਹਰਾ ਭੁਣ ਧਨੀਆ ਭੁਣੀਆਂ ਹੀ ਆ ਗਿਆ ਸੀ ਮੂੰਹ 'ਚ, ਟੈਸਟ ਦੇਖਾਂਗੇ। ਓਫੋ ਓਫੋ ਮਾਰਤੇ ਬਾਈ, ਜਿਵੇਂ ਸੁਫੈਨ ਲਈ ਰੈਡੀ ਹੈ। ਪਿੰਦੂ ਕਿਵੇਂ ਬਣਿਆ? ਬਾਈ ਨੂੰ ਵੀ ਪੁੱਛ।